ਕਮਲਜੀਤ ਕੌਰ। ਕਮਲਜੀਤ ਜੀ, ਕੀ ਕਾਰਨ ਹੋਇਆ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਤੁਹਾਡੀ ਸੈਲਰੀ ਨਹੀਂ ਪਾਈ ਗਈ ਤੇ ਤੁਹਾਨੂੰ ਧਰਨੇ ਲਾਉਣ ਤੇ ਮਜਬੂਰ ਹੋਣਾ ਪਿਆ, ਕੀ ਕਰਨਾ? ਪੰਜਾਬ ਸਰਕਾਰ ਸਾਡੇ ਨਾਲ ਬਹੁਤ ਅਨਿਆਏ ਕਰ ਰਹੀ ਹੈ ਜੀ। ਸਾਡੇ ਜਿਹੜਾ ਡਿਪਾਰਟਮੈਂਟ ਆ ਕਮਾਊ ਹੈ, ਰੋਜ਼ ਬਿੱਲ ਆਉਂਦੇ ਆ, ਰੈਵਨਿਊ ਕਮਾ ਕੇ ਦੇ ਰਿਹਾ, ਲੇਕਿਨ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਪਹਿਲਾਂ ਵੀ ਬਹੁਤ ਧੱਕਾ ਕੀਤਾ, ਸਾਡੇ ਕੋਈ ਸਾਨੂੰ ਜੀ ਸਾਡੇ ਕੁਛ ਨਹੀਂ ਦੇ ਰਹੇ, ਸਾਨੂੰ ਕੋਈ ਡੀ ਏ ਵੀ ਨਹੀਂ ਦੇ ਰਹੇ, ਸਾਨੂੰ ਸਾਡੇ ਕੋਈ ਬੰਦੇ ਹੱਕ ਨਹੀਂ ਮਿਲ ਰਹੇ, ਲੇਕਿਨ ਹੁਣ ਤਾਂ ਸਾਡੀਆਂ ਤਨਖਾਹਾਂ ਹੀ ਬੰਦ ਕਰ ਦਿੱਤੀਆਂ। ਅਸੀਂ ਪੰਜਾਬ ਸਰਕਾਰ ਤੋਂ ਬਹੁਤ ਤੰਗ ਹਾਂ, ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਹਾਲ ਕੀਤੀਆਂ ਜਾਣ ਅਤੇ ਰਹਿੰਦੇ ਪੱਤੇ ਬਹਾਲ ਕੀਤੇ ਜਾਣ। ਧੰਨਵਾਦ। ਮੇਰਾ ਨਾਮ ਕੁਲਵਿੰਦਰ ਸਿੰਘ, ਸਰਕਲ ਸਕੱਤਰ ਟੀ ਐਚ ਓ ਮੀਰਪੁਰ। ਅੱਜ ਦਾ ਜਿਹੜਾ ਧਰਨਾ ਜਾਂ ਰੈਲੀ ਜਿਹੜੀ ਹੋ ਰਹੀ ਹੈ, ਰੋਸ ਰੈਲੀ ਹੈ, ਇਹ ਰੈਲੀ ਜਿਹੜੀ ਹੈ ਤਨਖਾਹਾਂ ਨਾ ਮਿਲਣ ਕਰਕੇ ਆ, ਕਿਉਂਕਿ ਸਾਡਾ ਇੱਕ ਮਹਿਕਮਾ ਆਪਣਾ ਪਾਵਰਕੌਮ ਦਾ ਜਿਹੜਾ ਮਹਿਕਮਾ ਹੈ, ਇਹ ਲੱਖਾਂ ਰੁਪਈਏ ਰੋਜ਼ ਦਾ ਜਿਹੜਾ ਰੈਵਨਿਊ ਇਕੱਠਾ ਕਰਕੇ ਗੌਰਮੈਂਟ ਦਾ ਖਜ਼ਾਨਾ ਭਰਦਾ। ਸਾਡੇ ਮੁਲਾਜ਼ਮ ਘੱਟ ਹੋਣ ਦੇ ਬਾਵਜੂਦ ਵੀ ਬਹੁਤ ਵੱਡੀ ਡਿਊਟੀ ਨਿਭਾ ਰਹੇ ਆ, 24-24 ਘੰਟੇ ਡਿਊਟੀ ਸਾਡੇ ਮੁਲਾਜ਼ਮਾਂ ਨੂੰ ਕਰਨੀ ਪੈ ਰਹੀ ਆ। ਉਹੋ ਹੀ ਕਾਰਨ ਹੈ ਕਿ ਮਹਿਕਮਾ ਸਾਡਾ ਜਿਹੜਾ ਹੈਗਾ, ਬਾਕੀ ਸਾਰੇ ਮਹਿਕਮੇ ਘਾਟੇ 'ਚ ਜਾ ਰਹੇ, ਸਾਡਾ ਬਿਜਲੀ ਬੋਰਡ ਦਾ ਜਿਹੜਾ ਮਹਿਕਮਾ ਹੈ ਇਹ ਘਾਟੇ 'ਚ ਨਹੀਂ ਹੈ ਦੋਸਤੋ, ਇਹ ਲੱਖਾਂ ਰੁਪਏ ਦਾ ਰੈਵਨਿਊ ਇਕੱਠਾ ਕਰਦਾ ਰੋਜ਼ ਦਾ, ਅਤੇ ਸਾਨੂੰ ਜਿਹੜੀ ਤਨਖਾਹ ਹੈ ਮਹੀਨੇ ਦੇ ਆਖਰੀ ਵਰਕਿੰਗ ਡੇ 'ਚ ਮਿਲਦੀ ਸੀ, ਇੱਕੋ ਮਹਿਕਮਾ ਜਿਹੜਾ ਤਨਖਾਹ ਟਾਈਮ ਸਿਰ ਦਿੰਦਾ ਸੀ, ਕਿਉਂਕਿ ਇਹ ਕੋਈ ਸੋਰਸ ਆਪਣੇ ਆ ਰੈਵਨਿਊ ਇਕੱਠਾ ਕਰਨ ਦੇ। ਐਤਕੀ ਇਹ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਸਾਡੀਆਂ ਤਨਖਾਹਾਂ ਲੇਟ ਕਰ ਦਿੱਤੀਆਂ, ਕਾਰਨ ਵੀ ਕੋਈ ਨਹੀਂ ਦੱਸਿਆ ਜਾ ਰਿਹਾ ਕਾਹਦਾ ਕਰਕੇ ਕੀਤੀਆਂ, ਉਹਦਾ ਕਰਕੇ ਸਾਰੇ ਮੁਲਾਜ਼ਮਾਂ 'ਚ ਅਬਲਾਦਬੜੀ ਮੱਚੀ ਆ, ਅਤੇ ਮੁਲਾਜ਼ਮ ਜਿਹੜੇ ਆ ਸੰਘਰਸ਼ ਦੇ ਰਾਹ 'ਤੇ ਤੁਰੇ ਆ। ਕੱਲ੍ਹ ਤੋਂ ਜਿਹੜੀਆਂ ਰੋਸ ਧਰਨੇ ਰੋਸ ਰੈਲੀਆਂ ਚੱਲਣ ਡੀਆਂ, ਅੱਜ ਹੈਡਆਫਿਸ ਪਟਿਆਲੇ ਜੈਨ ਫੋਰਮ ਨੇ ਧਰਨਾ ਮਾਰਿਆ, ਗੇਟ ਬੰਦ ਕੀਤੇ ਆ, ਜੈਨ ਫੋਰਮ ਦੇ ਸੱਦੇ ਦੇ ਉੱਤੇ ਜਿਹੜੇ ਸਾਰੇ ਸੰਘਰਸ਼ ਹੋ ਰਹੇ ਆ। ਅਤੇ ਬਿਜਲੀ ਬੋਰਡ ਇੱਕ ਅਜਿਹਾ ਮਹਿਕਮਾ ਵਾ ਜਿਸ ਤੋਂ ਸਭ ਤੋਂ ਵੱਧ ਰੈਵਨਿਊ ਪੰਜਾਬ ਸਰਕਾਰ ਨੂੰ ਜਾ ਰਿਹਾ, ਕੀ ਕਾਰਨ ਹੈ ਕਿ ਇਹਨੇ ਤੁਹਾਡੀਆਂ ਤਨਖਾਹਾਂ ਰੋਕ ਕੇ ਤੁਹਾਨੂੰ ਮਜਬੂਰ ਹੋ ਕੇ ਧਰਨੇ ਲਾਉਣੇ ਪਏ? ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਕੋਈ ਵੀ ਸਰਕਾਰ ਜਿਹੜੀ ਆ, ਭਾਵੇਂ ਉਹ ਅਕਾਲੀ ਦਲ ਦੀ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਜਿਹੜੀ ਆਉਂਦੀ ਆ, ਸਾਡੇ ਮਹਿਕਮੇ ਦੇ ਸਿਰ ਦੇ ਉੱਤੇ ਦੋਸ਼ ਆਉਂਦੀ ਆ, ਕਿਉਂਕਿ ਲਾਲਚ ਦਿੱਤਾ ਜਾਂਦਾ ਲੋਕਾਂ ਨੂੰ ਕਿ ਤੁਹਾਨੂੰ ਯੂਨਿਟ ਫ੍ਰੀ ਕਰ ਦਿਆਂਗੇ, ਬੱਤੀ ਇੰਨੀ ਫ੍ਰੀ ਹੋਏਗੀ, ਉਹ ਆਪਣੀਆਂ ਵੋਟਾਂ ਜਦੋਂ ਲੈ ਲੈਂਦੀਆਂ ਆਪਣਾ, ਕੋਈ ਵੀ ਪਾਰਟੀ ਜਿਹੜੀ ਆ ਤਾਕਤ 'ਚ ਆਉਂਦੀ ਆ ਉਹ ਮਹਿਕਮੇ ਦੇ ਸਿਰ ਦੇ ਉੱਤੇ ਆਉਂਦੀ ਆ, ਪਰ ਸਾਨੂੰ ਨਹੀਂ ਪਤਾ ਕਿ ਖਜ਼ਾਨਾ ਖਾਲੀ ਆ, ਕਿਉਂਕਿ ਖਜ਼ਾਨਾ ਅਸੀਂ ਭਰਦੇ, ਖਜ਼ਾਨਾ ਖਾਲੀ ਕਿਹਨੇ ਕੀਤਾ, ਸਾਡੀ ਸਮਝੋਂ ਬਾਹਰ ਆ। ਪਰ ਜੇ ਖਜ਼ਾਨਾ ਖਾਲੀ ਆ ਦੋਸਤੋ, ਤਾਂ ਫਿਰ ਪੰਜਾਬ ਦਾ ਜਿਹੜਾ ਮੰਤਰੀ ਮੰਡਲ ਆ ਉਹ ਆਪੇ ਮੀਟਿੰਗ ਕਰਕੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਲੈਂਦਾ ਕਿ ਐੱਮ ਐੱਲ ਏ ਦੀ ਜਿਹੜੀ ਹੈਗੀ ਆ ਪੈਨਸ਼ਨ ਜਿਹੜੀ ਆ 7-7 ਹਜ਼ਾਰ ਰੁਪਇਆ ਮਹੀਨਾ ਵਧਾ ਦਿਓ, ਕੈਪਟਨ ਸਾਹਿਬ ਨੇ 6-7 ਸਲਾਹਕਾਰ ਇੱਕ ਵੱਖਰੇ ਰੱਖ ਲਏ ਆਪਣੇ ਕੋਲ, ਜੇ ਖਜ਼ਾਨਾ ਖਾਲੀ ਆ ਤਾਂ ਉਹਨਾਂ ਨੂੰ ਕਿਤਨਾ ਰੱਖ ਲਿਆ, ਉਹਨਾਂ ਨੂੰ ਪੈਸੇ ਕਿੱਥੋਂ ਦੇਣੇ, ਮੰਤਰੀਆਂ ਦੀਆਂ ਸਹੂਲਤਾਂ ਕਿੱਥੋਂ ਦੇਣੀਆਂ? ਜੋ ਜੈਨ ਫਾਰਮ ਸਾਨੂੰ ਸੱਦਾ ਦੇਗਾ ਮਿੱਤਰੋ, ਅਸੀਂ ਉਹ ਕਰਾਂਗੇ। ਜੈਨ ਫਾਰਮ ਪੰਜਾਬ ਦੇ ਸੱਦੇ ਦੇ ਉੱਤੇ ਹੀ ਲੱਗੇ ਹਾਂ, ਅਸੀਂ ਕੋਈ ਇਕੱਲੇ ਨਹੀਂ ਲੱਗੇ, ਜੈਨ ਫਾਰਮ ਪੰਜਾਬ ਦਾ ਜੋ ਵੀ ਸਾਨੂੰ ਹੁਕਮ ਆਏਗਾ ਉਹਨੂੰ ਅਸੀਂ ਇਹਨਾਂ ਪਿੰਨ ਲਾਗੂ ਕਰਾਂਗੇ। ਹਾਂ, ਪੂਰਾ ਕਰਾਂਗੇ।